Teachers used to follow the direct method to teach English mostly in private schools. These teachers will stick to private for use only without depending on industry. ਉਹ ਪੁੱਤ ਚਾਹ ਚੂ ਪੀ ਲੈਂਦਾ ਸਵੇਰੇ 4 ਵਜੇ ਦਾ ਉੱਠਿਆ ਬੈਠਿਆ ਫਿਰ ਪੜ ਲਈ ਪੁੱਤ ਚਾਹ ਪੀ ਲੈ ਡੈਡੀ ਲਾਸਟ ਟੌਪਿਕ ਹੈ ਮੈਂ ਪੜ ਕੇ ਪੀ ਲੈਣਾ ਨਹੀਂ ਤੁਸੀਂ ਐਵੇਂ ਕਰੋ ਪੂਰੀ ਲਿਆ ਦੋ ਨਾ ਫਿਰ ਪੜ ਉਹ ਨਾਲੇ ਰੋਟੀ ਖਾ ਲੈਂਦਾ ਥੱਲੇ ਆ ਕੇ ਹਲੇ ਮੈਨੂੰ ਭੁੱਖ ਨਹੀਂ ਲੱਗੀ ਡੈਡੀ ਤੁਸੀਂ ਇੱਥੇ ਲਿਆ ਦੋ ਜੋ ਚਾਹ ਲੈਣੀ ਚਾਹ ਲਿਆ ਦੋ ਕੋਈ ਚੱਲ ਤੇਰੀ ਮਰਜ਼ੀ ਆ ਮੈਂ ਲਿਆਉਣਾ ਚਾਹ ਨਾਲੇ ਮੈਂ ਜਾਣਾ ਥੱਲੇ ਆ ਜੀ ਸਿਫਾਰਿਸ਼ ਦੀ ਕਿਸੇ ਆਪਣੇ ਯਾਰ ਦੋਸਤ ਦੀ ਕਹਿੰਦਾ ਬਾਈ ਬੰਦਾ ਰੱਖ ਲਈ ਰੱਖਣਾ ਪੈ ਗਿਆ ਇਹ ਤਾਂ ਬਾਈ ਬੋਲਦਾ ਹੀ ਬਹੁਤ ਆਊਟ ਹੈ ਬਸ ਐਵੇਂ ਹੈ ਤਾਂ ਬਾਈ ਕੀ ਦੱਸੀਏ ਤੈਨੂੰ ਇਹਦੇ ਬਾਰੇ ਸੂਈ ਕੁੱਤੀ ਵਾਂਗੂ ਪੈ ਗਿਆ ਉਦਣ ਵੀ ਮੈਨੂੰ ਚਲੋ ਇਹ ਤਾਂ ਫਿਰ ਹੁਣ ਕੱਟਣ ਹੀ ਪੈਣਾ ਦੀ ਯਾਰ ਦੋਸਤ ਦਾ ਆਪਾਂ ਕਿਵੇਂ ਕਹਿਣਾ ਮੁੜ ਸਕਦੇ ਹਾਂ
ठीक है भाई जिम्मे तू कहना। और भाई तेरी अलर्ट्स बढ़िया चलती है? बस आई जाती है दिमाग च। चल बढ़िया है, बढ़िया कर ला भाई। घरों आए भी कुछ करने वास्ते आए हैं। ते तू यार सारा दिन किताबां जे पढ़िया रहना है? भाई मेरी तो जिंदगी किताबां नाल है, पता किताबां जी रहना हर टाइम। वो तो गल तेरी सही आ, पर किताबां तो बिना भी कोई जिंदगी होंदी आ। ऐतवार नूं तां छड्ड दिया कर इन्हां नूं। ਲੈ ਕਰਾ ਕਿਤਾਬ ਛੱਡ, ਬਾਹਰ ਚੱਲ ਤੇਰਾ ਪੈਰਾ ਸੰਦੇ ਆ, ਘੁਮਾ ਕੇ ਲਿਆਂਦੇ ਆ ਤੈਨੂੰ। ਲੈ ਕਰ ਕੱਪੜੇ ਪਾਲਾ, ਤਿਆਰ ਹੋ ਜਾ। ਨਾ ਬਈ ਮੈਂ ਨਹੀਂ ਜਾਂਦਾ ਕਿਤੇ। ਤੂੰ ਬਸ ਜ਼ਿਆਦਾ ਹੋ ਗਈ। ਨਾ ਬਈ ਮੈਂ ਨਹੀਂ ਜਾਂਦਾ। ਮੈਂ ਆ ਰਿਹਾ ਬਾ, ਤੂੰ ਤਿਆਰ ਹੋ। ਮੈਂ ਆਇਆ ਜਾ ਬਈ ਜਾ। ਓਏ ਚਾਹ ਪੀ ਲਓ ਮੁੰਡਿਓ। ਅੱਲਾ ਚਾਹ ਪੀਓ। ਆ ਜਾ ਬਈ ਤਾਂ। ਤੁਸੀਂ ਭਾਲ ਦੋ ਗਰਮ, ਮੈਂ ਕਹਿੰਦਾ ਉਹਨਾਂ ਵੀ ਠੰਡੀ ਠੁੱਡੀ ਪੀ ਲੋ। ਕੋਈ ਕਪੜਾ ਕੁਪੜਾ ਫੜਾ ਦੇ, ਕੋਈ ਉਹ ਫੜਾ ਦੇ। ਤੁਸੀਂ ਤੰਗ ਕਰ ਲੈਣੇ ਹੁਣ ਉਹਨੂੰ ਨੀ ਮਿਲਦੀ। ਨਾ ਦਈ ਫੜ ਲਾ ਝੁੱਗਾ ਬਈ। ਚਾਹ ਤਾਂ ਚਾਹੇ ਹੈ। ਤਾਰਾ ਜਦੋਂ ਚਾਹ ਬਣਾਉਂਦਾ ਨਾ, ਮਹਾਂ ਦਿਨ ਰਾਤ ਤਾਰੀ ਦਿਖੀ ਜਾਂਦੇ ਨੇ। ਬੰਦਾ ਮੈਂ ਕਿਠ ਮੁੱਠੀਆਂ ਜੀ ਆ ਮੇਰੀ। ਕੰਮ ਦੀ ਇਹ ਵੈਲਿਊ ਹੁੰਦੀ ਹੈ ਬਾਈ। ਆ ਭੇਲ ਚੱਕ ਲਿਆ ਸੰਧਾਰਾ, ਚਾਹ ਤਾਂ ਪੀ ਲੈ ਬਈ। ਮੈਂ ਤੈਨੂੰ ਦੱਸਿਆ ਤਾਂ ਹੈਗਾ ਮੇਰਾ ਇਹ ਤੋਂ ਬਗੈਰ ਹੈ ਹੀ ਨੀ ਕੋਈ। ਮੈਂ ਤਾਂ ਇਹਦੇ ਨਾਲ ਹੀ ਰਹਿਣਾ ਬਸ। ਉਹਦਾ ਮੋਬਾਈਲਾਂ 'ਚ ਲੱਗਿਆ ਰਹਿਣਾ। ਹੁਣ ਮੈਂ ਕਿੱਧਰ ਜਾਵਾਂ ਨਾ, ਮੇਰੇ ਕੋਲ ਮੋਬਾਈਲ ਨਾ ਮੋਬਾਈਲ ਹੈ। ਫਿਰ ਮੋਬਾਈਲ ਤਾਂ ਤੈਨੂੰ ਲੈਣਾ ਪੈਣਾ ਹੈ। ਪਤਾ ਕੀ ਗੱਲ ਹੈ, ਫੋਨ 'ਚ ਮਾੜੀਆਂ ਚੀਜ਼ਾਂ ਤੋਂ ਇਲਾਵਾ ਚੰਗੀਆਂ ਚੀਜ਼ਾਂ ਵੀ ਹੁੰਦੀਆਂ ਨੇ। ਅੱਛਾ ਬਈ ਕੀ? ਹਾਂ ਬਈ ਹਾਂ, ਆਹ ਜਿਹੜਾ ਤੂੰ ਕਿਤਾਬਾਂ ਖੋਲ ਕੇ ਬਹਿ ਜਾਣਾ, ਆਹ ਦੇਖ ਫੋਨ ਦੇ ਵਿੱਚ ਕੁਐਸਚਨ। ਅੱਛਾ, ਜਿੰਨਾ ਕਿਹੜਾ ਮਰਜ਼ੀ ਕੁਐਸਚਨ ਤੈਨੇ ਰੀਡ ਕਰਨਾ, ਨਾਲ ਦੀ ਨਾਲ ਸਰਚ ਮਾਰ, ਉਹਦੀ ਉਹਦਾ ਉੱਤਰ ਆਜੂਗਾ। ਲੈ ਹੋਰ, ਨਾਲੇ ਦੂਜੇ ਨੂੰ ਐ ਲੱਗਦਾ ਉਹਦਾ ਅਗਲਾ ਮੋਬਾਈਲ 'ਚ ਲੱਗ ਰਿਹਾ। ਅੱਛਾ ਤੂੰ ਪੜ੍ਹਦਾ ਹੈ ਤੇ? ਹਾਂ, ਮੈਨੂੰ ਤਾਂ ਪਤਾ ਹੀ ਤਾਂ ਹੀ ਪਾ ਸੁਣਿਆ ਬਈ। ਦੂਜਾ ਮੁੰਡਾ ਮੈਨੂੰ ਕਹਿੰਦਾ ਹੁੰਦਾ ਬਈ ਤੂੰ ਮੋਬਾਈਲ 'ਚ ਬੜਿਆ ਰਹਿੰਦਾ, ਉਹਨੂੰ ਵੀ ਫਿਰ ਮੈਂ ਇਹੀ ਸਕੀਮ ਦੱਸੀ। ਫਿਰ ਮੈਂ ਵੀ ਲੈ ਲਾਣਾ ਹੋਰ, ਇਹੀ ਸਕੀਮ ਮੈਂ ਉਹਨੂੰ ਦੱਸੀ ਸੀ, ਤਾਂ ਹੀ ਉਹ ਪਾਸ ਹੋ ਜਾਂਦਾ। ਅੱਛਾ ਹੋਰ, ਫਿਰ ਮੈਂ ਕਰਦਾ ਘਰੇ ਫੋਨ। ਹਾਂ ਕਰਨਾ ਪੈਣਾ ਬਾਈ ਫੋਨ, ਤਾਂ ਮੋਬਾਈਲ ਤੋਂ ਬਿਨਾਂ ਨੀ ਸਰਦਾ। ਨਾਲੇ ਅੱਜ ਕੱਲ ਮਾਡਰਨ ਜ਼ਮਾਨਾ, ਤੂੰ ਕਿਹੜੇ ਜ਼ਮਾਨੇ 'ਚ ਫਿਰਦਾ ਯਾਰ? ਅੱਜ ਕੱਲ ਤਾਂ ਛੋਟੇ ਛੋਟੇ ਜਵਾਕਾਂ ਨੇ ਮੋਬਾਈਲ ਲੈ ਰੱਖੇ। ਹੋਰ ਲੈ ਲਾ ਫਿਰ ਮੇਰੇ ਬਾਪੂ ਨੂੰ ਫੋਨ ਯਾਰ, ਇਸੇ ਤੋਂ ਲੈ ਲਾ ਫਿਰ ਨੰਬਰ ਆਪਦੇ ਡੈਡੀ ਨੂੰ। ਲੈ ਬਾਈ ਤੂੰ ਲਾ ਕੇ ਦੇ ਫਿਰ ਮੈਨੂੰ ਨੰਬਰ। ਤੈਨੂੰ ਨਹੀਂ ਲਾ ਦਿੰਦੇ ਬਾਈ? ਬੋਲ ਨੰਬਰ ਕਿੰਨਾ? 6233939384 ਉਹ ਪੰਜਾਬੀ 'ਚ ਬੋਲ ਬਾਈ, ਪੰਜਾਬੀ 'ਚ ਬੋਲ ਲੈ। ਹਾਂ ਬਾਈ ਹੁਣ ਬੋਲ। ਠੀਕ ਆ ਦੂਗਾ। ਹਾਂ ਬਾਈ, ਪੀਆ ਨਾਇਆ। ਹਾਂ ਬਾਈ, ਪੀਆ ਨਾਇਆ। ਹਾਂ ਬਾਈ, ਆਠਾ ਆਠਾ ਇੰਨੇ ਆਠੇ। ਦੂਆ ਚੌਪਾ, ਦੂਆ ਚੌਪਾ। ਹਾਂ ਡੈਡੀ ਤੂੰ ਹੁਣ ਮੈਨੂੰ ਭੁੱਲ ਗਿਆ ਯਾਰ, ਮੈਂ ਬੋਲਦਾ ਇੰਦਰ। ਹਾਂ ਹੋਰ ਕਿਵੇਂ ਹੋਈ? ਹੋਰ ਠੀਕ ਹੋ? ਮੈਂ ਵੀ ਠੀਕ ਹਾਂ।
ਆਪਾਂ ਸਿਹਤ ਨੂੰ ਮੈਨੂੰ ਤਾਂ ਕੀ ਹੋਣਾ ਤੁਸੀਂ ਦੱਸੋ ਮੈਨੂੰ ਨਾ ਹੁਣ ਤਾਂ ਜੀ ਮੈਂ ਪੈਸੇ ਦੀ ਲੋੜ ਸੀ ਜੀ ਪੈਸੇ ਜੀ ਹਾਂ ਬਾਈ ਪੰਦਰਾਂ ਹਜ਼ਾਰ ਚਾਹੀਦਾ ਵਾ ਜੀ ਹਾਂ ਹਾਂ ਫੀਸ 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 ਭਰਨੀ ਹੈ ਜੀ ਨਾ ਨਾ ਤੁਸੀਂ ਕੰਮ ਆਉਂਦੇ ਜੀ ਕਿਰਾਇਆ ਭਾੜਾ ਫੂਕੋਗੇ ਮੇਰੇ ਬੈਂਕ ਵਾਲੇ ਖਾਤੇ ਚ ਪਵਾ ਦੋ ਜੀ ਹਾਂ 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 ਵਿਕਰ ਤਾਂ ਮਿਲ ਗਿਆ ਸੀ ਜੀ ਬਹੁਤ ਵਧੀਆ ਬੰਦਾ ਜੀ ਮੇਰੀ ਸੇਵਾ ਕਰਦਾ ਜੀ ਬਹੁਤ ਸੇਵਾ ਕਰਦਾ ਜੀ ਹਾਂ ਹਾਂ ਉਹੀ ਐਸ ਕਿਹੜਾ ਆਪਣਾ ਐਸ ਬੀ ਆਈ ਕਿਹੜਾ ਹੁੰਦਾ ਜੀ ਉਹ ਵੀ ਖਾਤਾ ਜੀ ਮੇਰਾ ਉਹ ਚ ਪਵਾ ਦਿਓ ਹੋਰ ਇਹ ਚ ਨਾ ਪਵਾ ਦਿਓ ਜੀ ਕਿਤੇ ਕਿਸੇ ਹੋਰ ਨੂੰ ਭੇਜ ਦਿਓ ਮੈਨੂੰ ਹੋ ਗਈ ਗੱਲ ਬਾਈ ਇੰਦਰ ਹਾਂ ਬਾਈ ਹੋ ਗਈ ਬਣ ਗਿਆ ਫੋਨ ਦਾ ਜਗਾੜ ਹਾਂ ਬਾਈ ਪੈਸੇ ਆ ਜਾਣਗੇ ਆਪਣੇ ਵਹੀਕਲ ਖਾਤੇ ਚੱਲ ਫੋਨ ਦਾ ਜਗਾੜ ਤਾਂ ਬਣ ਜੂਗਾ ਹਾਂ ਜੀ ਕੱਲ ਮੈਨੂੰ ਕਾਲਜ ਦੀਆਂ ਕੁੜੀਆਂ ਕਹਿੰਦੀਆਂ ਸੀ ਵੀ ਮੁੰਡਾ ਜਿਹੜਾ ਤੇਰੇ ਨਾਲ ਰਹਿੰਦਾ ਬੜਾ ਸਿੰਪਲ ਜਿਹਾ ਸਧਾਰਨ ਜਿਹਾ ਆ ਮਾੜੇ ਮੋਟੇ ਬਾਲ ਬੂਲ ਯਾਰ ਕਿਹੜੇ ਜ਼ਮਾਨੇ 'ਚ ਫਿਰਨਾ ਤੂੰ ਮਾਡਰਨ ਜ਼ਮਾਨਾ ਮਾੜੇ ਮੋਟੇ ਬਾਲ ਬੂਲ ਖੜੇ ਰੱਖਿਆ ਕਰ ਯਾਰ ਚੱਲ ਤੂੰ ਮੇਰੇ ਘਰ ਦੀ ਹਾਂ ਆਪਾਂ ਐਂ ਕਰਦਾ ਜੀ ਤੈਨੂੰ ਯਾਰ ਠੀਕ ਹੈ ਹੁਣ ਮੇਰੇ ਕੋਲੇ ਮੋਬਾਈਲ ਵੀ ਆ ਜਾਣਾ ਫਿਰ ਮੋਬਾਈਲ ਤਾਂ ਆ ਜਾਣਾ ਤੇਰੇ ਕੋਲੇ ਹੋਰ ਮਾੜਾ ਮੋਟਾ ਲੁੱਕ ਯਾਰ ਕੁੜੀਆਂ ਦੇਖਦੀਆਂ ਨੇ ਮਾੜਾ ਮੋਟਾ ਇਹ ਜ਼ਿੰਦਗੀ ਯਾਰ ਬਾਰ ਬਾਰ ਥੋੜੀ ਮਿਲਦੀ ਹੈ ਇੰਜੋਏ ਕਰੋ ਜ਼ਿੰਦਗੀ ਯਾਰ ਠੀਕ ਹੈ ਪੜੋ ਵੀ ਨਾਲ ਹਾਂ ਪੜਦਾ ਤਾਂ ਮੈਂ ਬਹੁਤ ਆ ਬਸ ਮੈਂ ਫਿਰ ਬਲ ਵੀ ਕਰਾ ਲੈਣੇ ਨੇ ਮੋਬਾਈਲ ਵੀ ਆਪਣੇ ਕੋਲੇ ਚੱਕ ਕੇ ਰੱਖ ਦੇ ਜੇ ਕਿਹੋ ਜਿਹਾ ਮੈਂ ਹਾਂ ਹਾਂ ਬਸ ਠੀਕ ਹੈ ਕੋਈ ਗੱਲ ਨੀ ਵਿਕਰ ਬਾਈ ਆ ਬਾਈ ਇਹਨੂੰ ਚਲਾਉਣਾ ਤਾਂ ਸਿਖਾ ਦੇ ਸਾਂਚੇ ਨੂੰ ਠੀਕ ਹੈ ਇਧਰੋਂ ਜਿਵੇਂ ਕੁੜੀ ਗਾੜੀ ਨਾਲ ਟੰਕਾ ਟੁੰਕਾ ਹੈਗਾ ਕਿ ਨਾ ਪਿਆ ਕੋਈ ਨਾ ਕੁੜੀਆਂ ਕੜੀਆਂ ਵਾਲੇ ਤੋਂ ਮੈਂ ਬਹੁਤ ਦੂਰ ਆ ਕੰਮ ਤੋਂ ਅੱਛਾ ਹੋਰ ਲਾਈਫ ਚ ਇੰਜੋਏ ਤਾਂ ਜ਼ਰੂਰੀ ਹੈ ਬਾਕੀ ਜਿਹੜੀ ਫਿਰ ਕੁੜੀਆਂ ਆਉਂਦੀਆਂ ਨੇ ਕੁੜੀਆਂ ਲੈ ਆਹ ਦੇਖੀ ਤੂੰ ਕੁੜੀਆਂ ਆਹ ਦੇਖ ਅੱਜ ਜਿਹੜੀ ਮਰਜ਼ੀ ਨਾਲ ਲਾਈਵ ਚੈਟ ਕਰ ਤੈਨੂੰ ਇਹਦੇ ਵਿੱਚ ਫੋਟੋ ਆਊਗੀ ਕੁੜੀ ਦੀ ਅੱਛਾ ਹਾਂ ਬਾਈ ਇਹਦਾ ਕੰਨੀ ਸੁਣੀਆਂ ਬਾਈ ਅਈਆਂ ਫਿਰ ਸੋਹਣੀਆਂ ਤਾਂ ਸੋਹਣੀਆਂ ਪਈਆਂ ਨੇ ਬਾਈ ਇਹਦੇ ਤਾਂ ਆਹ ਦੇ ਆਹ ਜਾਣੇ ਕੱਢਦੀ ਹੈ ਬਾਈ ਆਹ ਦੇਖ ਇੰਸਟਾਗ੍ਰਾਮ ਕੋਈ ਚੀਜ਼ ਹੈ ਦੇਖ ਲੈਣੀ ਲੱਗੀਆਂ ਪਈਆਂ ਨੇ ਕੁੜੀਆਂ ਦੀਆਂ ਤੇ ਇਹਨਾਂ ਤੇ ਲੈਣਾ ਅੱਛਾ ਐਂਗਲ ਉਂਗਲ ਹੈ ਕੋਈ ਕਿਊਟ ਕਿਊਟ ਐਂਗਲ ਆਈਆਂ ਜੀ ਜਲਾਉ ਜਲਾ ਨਾਲ ਨਹੀਂ ਮੈਂ ਤਾਂ ਕੋਈ ਕੌਰ ਕੂਰ ਨਾਲ ਤਾਂ ਅੱਛਾ ਕਰ ਲਾਣਾ ਗੱਲ ਬਾਤ ਸਰਦਾਰਨੀ ਟਾਈਪ ਭਾਲਦਾ ਹੈ ਮੈਂ ਤਾਂ ਠੀਕ ਹੈ ਠੀਕ ਹੈ ਇੰਜਲਾ ਫਿੰਜਲਾ ਤਾਂ ਵਾਓ ਡਰ ਲੱਗਦਾ ਆਪਾਂ ਨੂੰ ਇੰਜਲਾਉ ਜਲਾ ਦਿੱਤਾ ਲੈ ਬਰ ਬਾਈ
ਤੈਨੂੰ ਰੀਪਲਾਈ ਕਰਨਾ ਸਿਖਿਆ ਤਾ ਇਹਦੇ ਨਾਲ ਮਾਰੀ ਗੱਲ ਗੱਲਾਂ ਮੈਨੂੰ ਤਾਂ ਆ ਰਹੀ ਆ ਨੀਂਦ ਆਪਾਂ ਤਾਂ ਸੁਣਨੇ ਆ ਤਾਂ ਤੂੰ ਪੈ ਜਾ ਮੈਂ ਕਰਦਾ ਇਹਨੂੰ ਕੀ ਪੁੱਛਦਾ ਵਿਕਰ ਭਾਈ ਹਾਂ ਬਾਈ ਆ ਬਾਈ ਮੈਨੂੰ ਕੁੜੀ ਕਹਿੰਦੀ ਯੂ ਆਰ ਵੈਰੀ ਹੈਂਡਸਮ ਹੁਣ ਮੈਨੂੰ ਕੀ ਕਹਾਂ ਉਹ ਤੈਨੂੰ ਕਹਾਂ ਮੋਬਾਈਲ ਦਵਾਤਾ ਇੱਕ ਵਾਰੀ ਯਾਰ ਤੈਨੂੰ ਸਾਰਾ ਸਗਿਆਤਾ ਹੁਣ ਤੂੰ ਜਾਣ ਯਾਰ ਤੈਨੂੰ ਸਾਰਾ ਸਗਿਆਤਾ ਸਪੀਡ ਸਪੂਡ ਤੇਰੀ ਫੁੱਲ ਵਧਾ ਦੀ ਚੈਟਿੰਗ ਦੀ ਨਜ਼ਾਰੇ ਲੈ ਮੈਂ ਆਪੇ ਕਰ ਲਾ ਹੁਣ ਹੋਰ ਆਪੇ ਲੈ ਨਜ਼ਾਰਾ ਚੱਲ ਯਾਰ ਤੂੰ ਪਾਏ ਮੈਂ ਆਪੇ ਦੇਖਦਾ ਝੱਟ ਕੀ ਹੁਣ ਤੁਸੀਂ ਵੀ ਬਹੁਤ ਸੋਹਣੇ ਹੋ ਜੀ ਕੋਈ ਨੀ ਜੀ ਕੋਈ ਨੀ ਨਹੀਂ ਨਹੀਂ ਮਿਲਣਾ ਨੀ ਹਲੇ ਆਪਾਂ ਮੇਰੀ ਨਾ ਪੇਪਰ ਉਹ ਪੇਪਰ ਦੀ ਤਿਆਰੀ ਕਰ ਰਿਹਾ ਨਾ ਮੈਂ ਕੋਚਿੰਗ ਲੈਣਾ ਪੇਪਰ ਕਲੀਅਰ ਹੋ ਗਿਆ ਜਦੋਂ ਹਾਂ ਜੀ ਪੇਪਰ ਕਲੀਅਰ ਹੋ ਗਿਆ ਆਪਾਂ ਵਿਆਹ ਹੀ ਕਰਾ ਲੈਣਾ ਯਾਰ ਗੁੱਸਾ 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 ਕਾਹਦਾ ਯਾਰ ਮੈਂ ਹੁਣ ਪੜ੍ਹਨਾ ਵੀ ਤਾਂ ਹੈ ਗਿਆ ਹਾਂ ਹਾਂ ਤੁਸੀਂ ਗੁੱਸਾ ਗੁੱਸਾ ਨਾ ਕਰੋ ਆਪਾਂ ਫਿਰ ਹਾਂ ਫਿਰ ਗੱਲ ਕਰ ਲਿਆ ਕਰਾਂਗੇ ਆਪਾਂ ਯਾਰ ਗੁੱਸੇ ਕੱਸੋਂ ਵੀ ਗੁੱਸੇ ਦਾ ਕੀ ਫਾਇਦਾ ਯਾਰ ਚੱਲ ਕੋਈ ਨੌਕਰੀ ਲੈ ਕੇ ਫੋਨ ਕਰੂ ਲੱਡੂ ਖਾਣੇ ਲੱਡੂ ਲਿਆਓ ਜੀ ਤਾਰਾ ਜੀ ਤਾਰਾ ਜੀ ਕਦੇ ਉਹ ਲਿਆਓ ਜੀ ਤਾਰਾ ਜੀ ਹਿਸਾਬ ਕਰ ਦਾਂਗੇ ਨੌਕਰੀ ਮਿਲ ਜਾਣ ਦੇ ਤੈਨੂੰ ਸੋਨੇ ਦਾ ਟੂਮਾ ਕਰਾ ਦਾਂਗੇ ਤਾਰੇ ਕਿੱਡੀ ਗੱਲ ਹੈ ਸਾਰੇ ਪੈਸੇ ਤੇਰੇ ਜੇ ਕੇ ਜਾਵਾਂਗੇ ਸਾਨੂੰ ਚੱਕ ਯਾਰ ਵਿੱਚੇ ਹੋ ਗਿਆ ਬਸ ਤੁਸੀਂ ਮੇਰੇ ਪੈਸੇ ਦੇ ਦੋ ਚਲੋ ਦੇ ਦਾਂਗੇ ਦੇ ਦਾਂਗੇ ਚਲ ਦੇ ਦਾਂਗੇ ਯਾਰ ਹੋਰ ਵੀ ਜੱਸੀ ਕਿੱਧਰ ਰਹਿਣ ਲੱਗ ਗਿਆ ਸੀ ਬੜੇ ਦਿਨਾਂ ਬਾਅਦ ਆਏ ਯਾਰ ਬਸ ਤੈਨੂੰ ਪਤਾ ਹੀ ਹੈ ਕੰਮਾਂ 'ਚ ਟਾਈਮ ਤਾਂ ਲੱਗਦਾ ਹੀ ਹੈ ਯਾਰ ਅੱਛਾ ਹੋਰ ਇੰਦਰ ਇੰਦਰ ਦਾ ਅੱਜ ਰਿਜ਼ਲਟ ਦੀ ਅੱਛਾ ਹਾਂ ਆਉਂਦੀ ਹੁਣ ਅੱਜ ਰਿਜ਼ਲਟ ਆ ਬਾਈ ਹਾਂ ਹਾਂ ਰਿਜ਼ਲਟ ਦੀ ਅੱਜ ਇੰਦਰ ਦਾ ਪੇਪਰ ਪਾਸ ਹੋ ਗਿਆ ਭਾਈ ਤੂੰ ਸਾਰੀ ਲਿਆਤਾ ਵਧੀਆ ਵਧੀਆ ਪਾਰਟੀ ਹੋ ਗਈ ਮੇਰੇ ਭਾਈ ਜੀ ਹਾਂ ਹਾਂ ਪਾਰਟੀ ਹੋ ਗਈ ਖਾਣ ਨੂੰ ਪੀਣ ਨੂੰ ਲਿਆ ਨਹੀਂ ਪਾਸ ਹੋ ਗਿਆ ਪਾਰਟੀ ਪਾਰਟੀ ਆਪਾਂ ਇੱਥੇ ਕਰਾਂਗੇ ਡੀਜੇ ਲਾ ਕੇ ਇੱਥੇ ਆ ਜਾਓ ਤੁਸੀਂ ਠੀਕ ਹੈ ਜੀ ਡੈਡੀ ਨੂੰ ਲਾਵਾਂ ਜਾਂ ਸਹਿਬਾਂ ਨੂੰ ਲਾਵਾਂ ਪਹਿਲਾਂ ਸਹਿਬਾਂ ਨੂੰ ਲਾਉਂਦੇ ਉਹਨੂੰ ਦਿੰਦਾ ਕੁਛ ਖਾ ਬਾਈ ਹੈਲੋ
ਕਹਿੰਦਾ ਡਾਰਲਿੰਗ ਕੌਣ ਤੂੰ ਡਾਰਲਿੰਗ ਕਹਿਣ ਵਾਲਾ ਪਛਾਣਿਆ ਨਹੀਂ ਨਹੀਂ ਮੈਂ ਨਹੀਂ ਜਾਣਦੀ ਇੰਦਰ ਉਹ ਮੈਂ ਬੋਲਦਾ ਇੰਦਰ ਕਿਹੜਾ ਇੰਦਰ ਕੋਈ ਇੰਦਰ ਯਾਰ ਇੰਦਰ ਨੂੰ ਨਹੀਂ ਜਾਣਦੀ ਤੂੰ ਹੁਣ ਇੰਦਰ ਅੱਛਾ ਹਾਂ ਬੋਲ ਹਾਂ ਕਿਤੇ ਤੁਸੀਂ ਫੋਨ ਹੀ ਨਹੀਂ ਕਰਿਆ ਹੈਗਾ ਯਾਰ ਮੈਨੂੰ ਨੌਕਰੀ ਮਿਲ ਗਈ ਨਾਲੇ ਫੇਰ ਮੈਂ ਕੀ ਕਰਾਂ ਤੁਹਾਨੂੰ ਖੁਸ਼ੀ ਨੀ ਹੈਗੀ ਚੱਲ ਵਧੀਆ ਮਿਲ ਗਈ ਨੌਕਰੀ ਤੈਨੂੰ ਹਾਂ ਨਾਲੇ ਹੁਣ ਤੁਸੀਂ ਨਾਲੇ ਤਿਆਰ ਰਹੋ ਤੁਸੀਂ ਮੈਂ ਤੁਹਾਨੂੰ ਵਿਆਹ ਨਾਲ ਆ ਜਾਣਾ ਕਿਹੜਾ ਵਿਆਹ ਕਾਹਦੇ ਲਈ ਤਿਆਰੀ ਹੋਰ ਮੈਂ ਤੁਹਾਨੂੰ ਕਿਹਾ ਸੀ ਨਹੀਂ ਮੈਨੂੰ ਨੌਕਰੀ ਮਿਲ ਗਈ ਮੈਂ ਤੁਹਾਨੂੰ ਵਿਆਹ ਕੇ ਲੈ ਜਾਣਾ ਮੇਰੀ ਤਾਂ ਮੈਰਿਜ ਕਦੋਂ ਦੀ ਹੋ ਗਈ ਤੂੰ ਲੇਟ ਹੋ ਗਿਆ ਹੈ ਤੂੰ ਲੇਟ ਹੋ ਗਿਆ ਲੇਟ ਕਾਹਦੇ ਲਈ ਲੇਟ ਮੇਰੀ ਮੈਰਿਜ ਕਦੋਂ ਦੀ ਹੋ ਗਈ ਫੋਨ ਕੱਟ ਕਿਹੜੀ ਮੈਰਿਜ ਉਹ ਮੇਰੀ ਤਾਂ ਮੈਰਿਜ ਹੋ ਗਈ ਮੈਂ ਤਾਂ ਤੈਨੂੰ ਕਿਹਾ ਸੀ ਵੀ ਮੈਂ ਆਵਾਂਗਾ ਵੀ ਮੈਨੂੰ ਨੌਕਰੀ ਮਿਲ ਜੂਗੀ ਤੁਸੀਂ ਕਹਿੰਦੇ ਮੇਰੀ ਮੈਰਿਜ ਹੋ ਗਈ ਸੌਰੀ ਮੈਨੂੰ ਮਾਫ ਕਰ ਦੇ ਕੀ ਮਾਫੀ ਯਾਰ ਮੈਂ ਤਾਂ ਜਾਣਤਾ ਤੁਸੀਂ ਮੇਰੀ ਮੈਰਿਜ ਕਦੋਂ ਦੀ ਹੋ ਗਈ ਫੋਨ ਕਹਿੰਦੀ ਮੇਰਾ ਵਿਆਹ ਹੋ ਗਿਆ ਸ਼ੋਕ ਅਦਾਵਾਂ ਦੀ ਬਰਾੜਾ ਠੱਗ ਹੀ ਲੈਂਦੀਆਂ ਨੇ ਪਿਆਰ ਕਿਸੇ ਦੇ ਨਾਮ ਕਿਸੇ ਦੇ ਲੱਗਦੀਆਂ ਮਹਿੰਦੀਆਂ ਨੇ ਪਹੁੰਚੀ ਪਈਆ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਵੀਡੀਓ ਦੇਖਣ ਲਈ ਬਹੁਤ ਧੰਨਵਾਦ ਵੀਡੀਓ ਕਿਵੇਂ ਲੱਗੀ ਇਹ ਕਮੈਂਟਾਂ ਵਿੱਚ ਜ਼ਰੂਰ ਦੱਸਿਓ ਨਾਲੇ ਇਸ ਵਾਰ ਇਹ ਵੀ ਦੱਸਿਓ ਵੀ ਗਲਤੀ ਕੀ ਸੀ ਇਹਦੇ ਵਿੱਚ ਤਾਂ ਕਿ ਅਸੀਂ ਇਹ ਅਗਲੀ ਵਾਰੀ ਜੋ ਵੀਡੀਓ ਬਣਾਈਏ ਉਹਦੇ ਵਿੱਚ ਇਹ ਗਲਤੀ ਨਾ ਹੋਵੇ ਸੋ ਬਹੁਤ ਧੰਨਵਾਦ ਲਾਈਕ ਅਤੇ ਕਮੈਂਟ ਅਤੇ ਸ਼ੇਅਰ ਜ਼ਰੂਰ ਕਰਿਓ ਬਾਈ ਜੀ ਧੰਨਵਾਦ ਥੈਂਕ ਯੂ